ਮੈਂ ਤਾਂ ਇਹ ਕਹਿੰਦਾ ਮਾਲਕ ਨੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਤਾਂ ਇਹ ਨਹੀਂ ਲੱਗਿਆ ਵੀ ਜਿੱਦਾਂ ਗੁਰੂ ਨਾਨਕ ਪਾਤਸ਼ਾਹ ਨੇ ਕੋਲ ਖੜੋ ਕੇ ਸਾਰਾ ਕੁਛ ਕਰਾਤਾ ਅਤੇ ਕਹਿੰਦੇ ਲੱਲੂ ਕਰੇ ਕੋਲੀਆਂ ਰੱਬ ਸਿੱਧੀਆਂ ਮਤਲਬ ਕਿਤੇ ਵੀ ਬੁਰਾ ਸਿੱਟਿਆ ਮਾਲਕ ਨੇ ਇਹਨੂੰ ਸਫਰ ਕੀਤਾ ਅਤੇ ਬਿਲਕੁਲ ਵੀ ਸਰਕਾਰਾਂ ਨੇ ਤਾਂ ਮਿੱਟੀ ਨਾ ਵੀ ਚੱਕਣ ਦੀ ਭਾਵੇਂ ਸਾਨੂੰ ਧੱਕੇ ਨਾ ਚੱਕਣੀ ਪਵੇ ਅਸੀਂ ਉਹ ਅਖਤਿਆਰ ਜ਼ਰੂਰ ਕਰਾਂਗੇ ਕਰਾਉਂਦੇ ਜੀ ਹਾੜ ਇਹਨੇ ਲਾ ਦਿੱਤੇ ਮੈਂ ਕਹਿੰਦਾ ਜੀ ਜਿੰਨੇ ਕੁ ਮਾਲਕ ਦੇ ਕਿਰਪਾ ਲੰਗਰ ਆਏ ਨਾ ਅਤੇ ਲੰਗਰਾਂ ਨੇ ਸਾਡਾ ਤੋੜ ਪਾ ਸਕਦਾ ਸੀ ਮੈਂ ਤੂੜੀ ਵਾਲੇ ਸੱਜਣਾ ਦਾਨ ਕਹਿਣਾ ਚਾਹੁੰਦਾ ਵੀ ਅਤੇ ਤੂੜੀ ਦਾ ਮੈਂ ਦਾਨ ਕਰਨਾ ਥੋੜ੍ਹੇ ਦਿਨ ਡਿਲੇ ਕਰਨ ਰਸਤਾ ਬਣ ਜਾਏ ਉਹਨਾਂ ਤੱਕ ਪਹੁੰਚਣ ਦਾ ਪ੍ਰਬੰਧ ਬਣੇ ਧੰਨਵਾਦ ਕਰਦੇ ਹਾਂ ਤੁਹਾਡੇ ਚੈਨਲ ਦਾ ਤੁਸੀਂ ਆ ਕੇ ਸਾਡਾ ਦੁਖੜਾ ਸੁਣਿਆ ਇਹ ਗਾਹ ਲੋਕਾਂ ਤੱਕ ਜਾਏਗਾ ਦੇਖੋ ਜੀ ਮੈਂ ਕਹਿੰਦਾ ਗੁਰੂ ਨਾਨਕ ਪਾਤਸ਼ਾਹ ਦੀਆਂ ਸੰਗਤਾਂ ਜਿੱਥੇ ਜਿੱਥੇ ਬੈਠੀਆਂ ਇਹੋ ਜਿਹੇ ਸਿੰਘ ਸਾਡੇ ਕੋਲ ਆਏ ਜਿਹੜਾ ਦੱਸਿਆ ਵੀ ਚੌਂ ਪਿੰਡਾਂ 'ਚ ਆਵਾਜ਼ ਦਵਾ ਦਿੱਤੀ ਜਿਹੜਾ ਬੁਰਾ ਤਾਂ ਉਹੀ ਭਰ ਦਿਓ ਬੜੇ ਬੜੇ ਟਰੱਕ ਭਰ ਕੇ ਲਏ ਆਪ ਹੀ ਲੈ ਕੇ ਤੇ ਆਪ ਹੀ ਲਾ ਗਏ ਦੇਖਿਆ ਜਾਵੇ 100 ਚੋਂ ਕਿੰਨੇ ਪਰਸੈਂਟ ਸਰਕਾਰਾਂ ਨੇ ਕੰਮ ਕੀਤਾ ਤੇ ਕਿੰਨਾ ਸਿੱਖਾਂ ਦਾ ਦੇਖੋ ਸਾਡੇ 1 ਤੇ 0 ਪਰਸੈਂਟ ਜੇ ਸਾਡੇ ਵਾਲੇ ਚ ਕਹਿ ਦਈਏ ਵੀ 20 ਗ੍ਰੇਡ 20 ਗ੍ਰੇਡ 0 ਪਰਸੈਂਟ ਹੀ ਲਾ ਲਓ ਤੇ ਦੂਜੇ ਬੰਦੇ 100 ਗ੍ਰੇਡ ਦਾ ਦੱਸਿਆ ਵਾਲਾ ਆ ਜਦੋਂ ਸਰਕਾਰ ਦੀ ਇਸ ਬੰਨੇ ਅਜੇ ਪਲਾਨ ਨਹੀਂ ਜੇ ਇਹ ਨਾ ਪਾਣੀ ਰੋਕਿਆ ਜਾਂਦਾ ਏਡਾ ਗੰਦਾ ਪਾਣੀ ਆ ਦੂਜੇ ਬੰਨੇ ਆਪਾਂ 550 ਸਾਲਾਂ ਮਨਾਉਣ ਜਾ ਰਹੇ ਹਾਂ ਗੁਰੂ ਨਾਨਕ ਪਾਤਸ਼ਾਹ ਸਾਹਿਬ ਦੇ ਮੈਂ ਤਾਂ ਇਹ ਕਹਿੰਦਾ ਮਾਲਕ ਨੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਤਾਂ ਇਹ ਨਹੀਂ ਲੱਗਿਆ ਵੀ ਜਿੱਦਾਂ ਗੁਰੂ ਨਾਨਕ ਪਾਤਸ਼ਾਹ ਨੇ ਕੋਲ ਖੜੋ ਕੇ ਸਾਰਾ ਕੁਛ ਕਰਾਤਾ ਬਿਨਾਂ ਸਰਕਾਰਾਂ ਤੋਂ ਸਭ ਤੋਂ ਜੇ ਪਹਿਲਾ ਤੋੜ ਵੱਜਿਆ ਹੜਾਂ ਦੇ ਵਿੱਚ ਇਹ ਵੱਜਿਆ ਅਤੇ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਦੀ ਧੰਨਵਾਦ ਆ ਬਾਬੇ ਨਾਨਕ ਨੇ ਆਪ ਹੱਥੀ ਸਭ ਕੁਛ ਕਰਵਾ ਲਿਆ ਨੇ ਮਿਹਨਤ ਕੀਤੀ ਮੇਰੇ ਹਿਸਾਬ ਨਾਲ 3 ਦਿਨਾਂ ਦੇ ਵਿੱਚ ਆ ਕਵਰ ਕਰ ਦਿੱਤਾ ਬੰਨ ਦੇਖੋ ਜੀ ਚਲੋ ਸਾਨੂੰ 10 ਦਿਨ ਹੋ ਗਿਆ ਸੀ ਮਿੱਟੀ ਇਕੱਠੀ ਕਰਦੇ ਨੂੰ ਪਰ ਮਾਲਕ ਨੇ ਕਿਰਪਾ ਇੱਦਾਂ ਦੀ ਕੀਤੀ ਸਾਡਾ ਇੱਕ ਵੀ ਕ੍ਰੇਡ ਨਹੀਂ ਰੁੜਿਆ ਨਹੀਂ ਤਾਂ ਪਾਣੀ ਦੇ ਭਾਅ ਨਾਲ ਰੁੜਦਾ ਜੋ ਵੀ ਜਿੱਦਾਂ ਵੀ ਕਿਸੇ ਨੇ ਲੱਗੇ ਤੇ ਲੱਲੂ ਕਰੇ ਕੋਲੀਆਂ ਰੱਬ ਸਿੱਧੀਆਂ ਮਤਲਬ ਕਿਤੇ ਵੀ ਬੁਰਾ ਸਿੱਟਿਆ ਮਾਲਕ ਨੇ ਇਹਨੂੰ ਸਫਰ ਕੀਤਾ ਧੰਨਵਾਦ ਕਰਦੇ ਹਾਂ ਤੁਹਾਡੇ ਚੈਨਲ ਦਾ ਤੁਸੀਂ ਆ ਕੇ ਸਾਡਾ ਦੁਖੜਾ ਸੁਣਿਆ ਇਹ ਗਾਹ ਲੋਕਾਂ ਤੱਕ ਜਾਏਗਾ ਬਾਕੀ ਅਸੀਂ ਪਿੱਛੇ ਜਿਹੇ ਵੀ ਪ੍ਰੋਗਰਾਮ ਬਣਾਇਆ ਸੀ ਇੱਕ ਮੈਨੇਜਮੈਂਟ ਕਮੇਟੀ ਬਣਾਉਣ ਲੱਗੇ ਸੀ ਬੰਨ ਵਾਸਤੇ ਇਲਾਕੇ ਦੀ ਜਿਹੜਾ ਅਸੀਂ ਪੁਲ ਤੋਂ ਲੈ ਕੇ ਸੱਧੂਪੁਰ ਵਾਲੇ ਬੰਨ ਦੀ ਅਸੀਂ ਮਤਲਬ ਕਿ ਆਪਦੀ ਪੂਰੀ ਇਸ ਗੱਲ ਨੂੰ ਤਨਦੇਹੀ ਨਾਲ ਜਿੰਨਾ ਬੰਨ ਇਹ ਚੌੜਾ ਕਾਸ਼ ਅੱਜ ਇਹਨੂੰ ਪੂਰਾ ਚੌੜਾ ਕਰਵਾਵਾਂਗੇ ਇਹ ਨਾ ਸਰਕਾਰਾਂ ਸਾਥ ਤਾਂ ਅਸੀਂ ਆਪਣੇ ਲੈਵਲ 'ਤੇ ਪਾਵਾਂਗੇ ਕਰਾਂਗੇ ਜੇ ਬਿਲਕੁਲ ਵੀ ਸਰਕਾਰਾਂ ਨੇ ਤਾਂ ਮਿੱਟੀ ਨਾ ਵੀ ਚੱਕਣ ਦੀ ਭਾਵੇਂ ਸਾਨੂੰ ਧੱਕੇ ਨਾ ਚੱਕਣੀ ਪਵੇ ਅਸੀਂ ਉਹ ਅਖਤਿਆਰ ਜ਼ਰੂਰ ਕਰਾਂਗੇ ਸਰਕਾਰਾਂ ਵਾਲੇ ਕੰਮ ਹੁਣ ਖੁਦ ਲੋਕਲ ਸੰਗਤਾਂ ਕਰਨਾ ਪਵੇ ਨਾ ਉਹ ਕੀ ਕਰਾਂਗੇ ਸਰਕਾਰ ਮੈਂ ਤਾਂ ਲਾਣਾ ਰਾਜ ਜੀ ਮਾੜੇ ਤੋਂ ਮਾੜਾ ਬੰਦਾ ਮਾੜ ਤੋਂ ਮਾੜੇ ਬੰਦੇ ਦਾ 2-3 ਲੱਖ ਤੋਂ ਘੱਟ ਚੋਣਾ ਕਿਸੇ ਦਾ ਨਹੀਂ ਇੱਦਾਂ ਦੇ ਬੰਦੇ ਫੱਟਣ ਵੀ ਹੋਏ ਜਿਨ੍ਹਾਂ ਦੇ 50-50, 60-60, 70 ਦਾ ਕਰੋੜ ਕਰੋੜ ਦਾ ਰਸਾਰਾ ਆ ਸਾਡਾ ਆਪਣਾ 25-26 ਲੱਖ ਦਾ ਰਸਾਰਾ ਕੀ ਬਣੂ ਜਿਨ੍ਹਾਂ ਨੇ ਠੇਕਿਆਂ ਤੇ ਲੈ ਕੇ ਵਾਹੀ ਪਈ ਗਾੜੀ ਬਹੁਤ ਔਖਾ ਦੇਖੋ ਜੀ ਉਹ ਤਾਂ ਹੁਣ ਫਿਰ ਜਿਹੜਾ ਕੰਮ ਚੱਲਦਾ ਹੁੰਦਾ ਵੀ ਨਾ ਹੀ ਸੁਣਦਾ ਫਿਰ ਰੱਸੀ ਜਾਂ ਗਾੜਾ ਗਾੜਾ ਤੇ ਰੱਸੀ ਵਾਲੀ ਗਾੜੀ ਕਿਤੇ ਖੁਦਕੁਸ਼ੀਆਂ ਵੀ ਇੰਨਾ ਜ਼ਿੰਮੇਵਾਰ ਦੇਖੋ ਭਾਅ ਜੀ ਦੇਖੋ ਮੈਂ ਤੁਹਾਡੇ ਪੈਸੇ ਲਏ ਜੇ ਮੈਂ ਤੁਹਾਨੂੰ ਨਹੀਂ ਮੋੜ ਪਾਉਂਦਾ ਤੁਸੀਂ ਮੈਨੂੰ ਪ੍ਰੈਸ਼ਰ ਆਈ ਜੇ ਕਹੋ ਮੰਗੋ ਤੁਸੀਂ ਵੀ ਤੁਹਾਡੀ ਵੀ ਤਾਂ ਮਜਬੂਰੀ ਹੈ ਫਿਰ ਬੰਦੇ ਕੋਲ ਕੀ ਅਖਤਿਆਰ ਹੁੰਦਾ ਵੀ ਇਹੀ ਹੈ ਪਰ ਸਰਕਾਰਾਂ ਨੂੰ ਬੰਨਾਂ ਵੱਲ ਦਰਿਆਵਾਂ ਵੱਲ ਖਾਸ ਧਿਆਨ ਦੇਣਾ ਚਾਹੀਦਾ ਕਿ ਸੈਂਟਰ ਕੋਲ ਕਰਾਉਣ ਜਿਵੇਂ ਮਰਜ਼ੀ ਕਰਾਉਣ ਬਾਕੀ ਗੱਲਾਂ ਆਪਾਂ ਜਿੰਨੀਆਂ ਮਰਜ਼ੀ ਕਰ ਲਈਆਂ ਥੋੜ੍ਹੀਆਂ ਆ ਅਸੀਂ ਪਾਰਟੀਆਂ ਨਹੀਂ ਵੰਡਣਾ ਚਾਹੀਦਾ ਸਾਨੂੰ ਇਸ ਕੰਮ 'ਤੇ ਏਕੇ ਦੀ ਲੋੜ ਆ ਕਿਤੇ ਨਾ ਕਿਤੇ ਏਕੇ ਦੀ ਲੋੜ ਆ ਬਾਕੀ ਇਹ ਏਕਾ ਇਹ ਕਹਿ ਲਓ ਸਾਡੇ ਇਲਾਕੇ ਕੋਈ ਸੰਸਥਾ ਨਹੀਂ ਜੋ ਸਾਨੂੰ ਮਾਲਵੇ ਤੋਂ ਦੁਆਬੇ ਤੋਂ ਮਾਝੇ ਤੋਂ ਆਏ ਆ ਸਾਨੂੰ ਕਹਿੰਦਾ ਸਭ ਤੋਂ ਵੱਧ ਸੰਸਥਾ ਮਾਲਵੇ ਵਿੱਚ ਨੇ ਇਹੋ ਜਿਹੀਆਂ ਜਥੇਬੰਦੀਆਂ ਆਈਆਂ ਆਪਣੇ ਜਨਰੇਟਰ ਲੈ ਕੇ ਆਪਣੇ ਕੈਂਟਰ ਆਪਣੀਆਂ ਰਸਤ ਵਾਸਤ ਜੋ ਗੈਸ ਭੱਠੀਆਂ ਲੈ ਕੇ ਆਪਣੇ ਹਲਵਾਈ ਪੱਕੇ ਉਹਨਾਂ ਨੇ ਆ ਕੇ ਲੰਗਰ ਲਾਤੇ ਅਤੇ ਭਾਈ ਸੇਵਾ ਵੀ ਕਰਨੀ ਆ ਡਿਊਟੀ ਸਾਡੀ ਸਾਡੇ ਪਿੰਡ ਬੈਠ ਕੇ ਉਹਨਾਂ ਦਾ ਪਾਣੀ ਦਾ ਪ੍ਰਬੰਧ ਵੀ ਸਾਰਾ ਕਰਿਆ ਉਹਨਾਂ ਨੇ ਪਾਣੀ ਦੇ ਹੜ 'ਚ ਲੰਗਰਾਂ ਦੇ ਵੀ ਹੜ ਪੂਰੇ ਲੰਗਰਾਂ ਦੇ ਜੀ ਹੜ ਇਹਨੇ ਲਾ ਦਿੱਤੇ ਮੈਂ ਕਹਿੰਦਾ ਜੀ ਜਿੰਨੇ ਕੁ ਮਾਲਕ ਦੇ ਕਿਰਪਾ ਨਾਲ ਲੰਗਰ ਆਏ ਨਾ ਅਤੇ ਲੰਗਰਾਂ ਨੇ ਸਾਡਾ ਤੋੜ ਪਾ ਸਕਦਾ ਸੀ ਮਿੱਟੀ ਲਿਆਉਣ ਵਾਲੀ ਗੱਲ ਵੱਖਰੀ ਹੈਗੀ
ਪਰ ਸਾਡੇ ਲੋਕ ਮਿਸ ਗਾਈਡ ਕਰਦੇ ਆ, ਰਾਸਤੇ ਟੁੱਟਣ ਕਰਕੇ ਜਿੱਥੇ ਲੋੜ ਸੀ ਸਾਡੇ ਭੇਜੇ ਨਹੀਂ ਜਾ ਸਕੇ। ਜਿਹੜੇ ਸੁੱਕੇ ਥਾਂ ਸੀ ਉਹ ਥੋੜ੍ਹਾ ਜਿਹਾ ਸਬਰ ਨਾਲ ਉਹਨਾਂ ਨੂੰ ਚੱਲਣਾ ਚਾਹੀਦਾ ਇਸ ਗੱਲ ਨਾਲ ਵੀ ਹਰ ਤੱਕ ਪਹੁੰਚਦੇ, ਜਿਹੜੇ ਬਾਬੇ ਨਾਨਕ ਪਾਤਸ਼ਾਹ ਕਿਤੇ ਵੰਡ ਕੇ ਛਕੋ ਉਸ ਗੱਲ 'ਤੇ ਵੀ ਜਾਣਾ ਚਾਹੀਦਾ। ਇੱਕ ਮੈਂ ਤੁਹਾਡੇ ਮੀਡੀਆ ਰਾਹੀਂ ਹੋਰ ਗੱਲ ਕਹਿਣੀ ਚਾਹੁੰਦਾ, ਇੱਧਰ ਮਡਾਲਾ ਸੰਨਾ ਤੋਂ ਲੈ ਕੇ ਜਾਣੀਆਂ ਤੱਕ 12-13 ਪਿੰਡ ਬਹੁਤ ਵੱਡੇ ਪ੍ਰਭਾਵਿਤ ਹੋਏ ਆ। ਉਹਨਾਂ ਲੋਕਾਂ ਦੇ ਦਾਣੇ ਵੀ ਡੁੱਬ ਗਏ, ਤੂੜੀਆਂ ਵੀ ਡੁੱਬ ਗਈਆਂ, ਮਤਲਬ ਕਿ ਪਸ਼ੂ ਵੀ ਮਰੇ। ਮੈਂ ਤੂੜੀ ਵਾਲੇ ਸੱਜਣਾ ਦਾਨ ਕਹਿਣਾ ਚਾਹੁੰਦਾ ਵੀ ਜੇ ਤੂੜੀ ਦਾ ਉਹਨਾਂ ਦਾਨ ਕਰਨਾ ਥੋੜ੍ਹੇ ਦਿਨ ਡਿਲੇ ਕਰਨ, ਰਸਤਾ ਬਣ ਜਾਏ ਉਹਨਾਂ ਤੱਕ ਪਹੁੰਚਣ ਦਾ ਪ੍ਰਬੰਧ ਬਣੇ, ਹਜੇ ਪਾਣੀ ਹੈ, ਥੋੜ੍ਹੇ ਦਿਨ ਡਿਲੇ ਕਰ ਲੈਣ, ਆਪਦੀ ਧੰਨ ਰਾਸ਼ੀ ਇਕੱਠੀ ਕਰਨ ਜਿਵੇਂ ਮਰਜ਼ੀ ਕਰ ਲੈਣ, ਵੀ ਜੇ ਜਲਦਬਾਜ਼ੀ ਵਿੱਚ ਤਾਂ ਮੇਰੇ ਘਰ ਸੁੱਕੇ 'ਤੇ ਬੈਠਾ ਲਵਾ ਲੈਗਾ, ਕਿ ਉਹਨਾਂ ਤੱਕ ਸਹੀ ਨਹੀਂ ਪਹੁੰਚ ਸਕਦਾ। ਕਿਸੇ ਗੱਲ ਦੀ ਸੰਗਤਾਂ ਨੇ ਕਸਰ ਨਹੀਂ ਛੱਡੀ, ਪਰ ਆਪਾਂ ਨੂੰ ਉਹਨਾਂ ਨੂੰ ਲੰਮਾ ਸਮਾਂ ਸਹਾਰਾ ਕਰਨਾ ਪੈਣਾ ਜਿਹਨਾਂ ਦਾ ਸਭ ਕੁਛ ਖਰਾਬ ਹੋ ਗਿਆ। ਧੰਨਵਾਦ।